ਪੰਜਾਬ 'ਚ ਲੋਕ ਸਭਾ ਚੋਣਾਂ ਨੂੰ ਲੈ ਕੇ ਸਾਰੇ ਸਿਆਸਤਦਾਨ ਪੰਜਾਬ 'ਚ ਆਪਣੀ ਆਪਣੀ ਪਾਰਟੀ ਨੂੰ ਸਪੋਰਟ ਕਰਨ ਲਈ ਪਹੁੰਚ ਰਹੇ ਹਨ। ਇੱਕ ਪਾਸੇ ਅੱਜ ਹੁਸ਼ਿਆਰਪੁਰ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਰਹੇ ਹਨ ਅਤੇ ਦੂਜੇ ਪਾਸੇ ਅੱਜ CM ਯੋਗੀ ਵੀ ਲੁਧਿਆਣੇ ਪਹੁੰਚ ਰਹੇ ਹਨ। ਇਸ ਦੇ ਨਾਲ ਹੀ ਇਸ ਨੂੰ ਦੇਖਦੇ ਹੋਏ ਹੁਣ JP ਨੱਡਾ ਵੀ ਅੰਮ੍ਰਿਤਸਰ ਪਹੁੰਚੇ ਹਨ। ਅੰਮ੍ਰਿਤਸਰ 'ਚ ਚੋਣ ਪ੍ਰਚਾਰ ਕਰਦੇ ਹੋਏ ਨਜ਼ਰ ਆਏ ਅਤੇ ਤਰਨਜੀਤ ਸਿੰਘ ਨੂੰ ਫੁੱਲ ਸਪੋਰਟ ਕਰਦੇ ਹੋਏ ਨਜ਼ਰ ਆ ਰਹੇ ਹਨ। ਤੁਸੀਂ ਵੀ ਦੇਖੋ ਕੀ ਆ ਪੂਰੀ ਖਬਰ। ਮਾਰਿਆ ਝਟਕਾ ਕੇ ਦੱਸਿਆ ਗਿਆ ਤੇ ਉੱਥੇ
ਜਾ ਕੇ ਚੀਨ ਨੇ ਆਪਣਾ ਜਿਹੜਾ ਖੂਹਾ ਸੀ ਉਹਦਾ ਖਾ ਲਿਆ ਅਤੇ 200 ਮੀਟਰ ਉੱਤੋਂ ਚੱਕ ਕੇ ਥੱਲੇ ਮਾਰਿਆ ਕੱਛੂ ਕੁਮੇ ਨੂੰ ਅਤੇ ਉੱਤੋਂ ਇਹ ਡਿੱਗਿਆ ਅਤੇ ਕੱਛੂ ਕੁਮਾਰ ਮਰ ਗਿਆ। ਇਹੋ ਜਿਹਾ ਗੱਠਜੋੜ ਕਾਂਗਰਸ ਵਾਲਿਆਂ ਦਾ ਅਤੇ ਆਪ ਵਾਲਿਆਂ ਦਾ ਉਹਨਾਂ ਨੇ ਆਪਣੀਆਂ ਪੁੱਛਾਂ ਬੰਨੀਆਂ ਹੋਈਆਂ ਸਰਦੂ ਸਾਹਿਬ ਦੀ ਮੈਂ ਇੱਕ